ਦੋਸਤੋ ਕੱਲ ਮੈਂ ਤੁਹਾਨੂੰ ਇਸ ਜੋਬ ਰਿਕਰੂਟਮੈਂਟ ਬਾਰੇ ਦੱਸਿਆ ਸੀ ਜਿਸ ਵਿੱਚ MTS ਤੇ ਹਵਲਦਾਰ ਦੀਆਂ ਪੋਸਟਾਂ ਇਨਕਲੂਡ ਨੇ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਵੀ 30/4/2022 ਹੈ। ਮਤਲਬ ਪੂਰਾ 1 ਮਹੀਨਾ ਆਪਣੇ ਕੋਲੇ ਅਪਲਾਈ ਕਰਨ ਵਾਸਤੇ, ਤਾਂ ਤੁਸੀਂ ਆਰਾਮ ਨਾਲ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹੋ। ਐਂਡ 10ਵੀਂ ਪਾਸ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ। ਐਂਡ ਟੋਟਲ ਪੋਸਟਾਂ ਦੀ ਗੱਲ ਕਰੀਏ 3603 ਪੋਸਟਾਂ ਇਸ ਰਿਕਰੂਟਮੈਂਟ ਵਿੱਚ ਇਨਕਲੂਡ ਨੇ। ओके दोस्तों, यह जानकारी तो मैं तुम्हें कल ही प्रोवाइड करवा दी थी, बट कुछ बच्चे पूछ रहे हैं कि सर इसका एग्जाम सिलेबस की होगा एंड फिजिकल फिटनेस की रिक्वायर्ड इतने मंगी गई है इन्होंने। तो सब तो पहले सिलेक्शन प्रोसैस की गल कर ली ने, इतने इन्होंने मैनशन किया हुआ है कि CPT यानी कंप्यूटर बेस्ड एग्जामीनेशन होगा, तो उस तो बाद फिजिकल एफिशेंसी टैसट होगा। वह कि सिर्फ हवलदार की पोस्ट लिए होगा, यह मतलब कि पेपर होगा एक, तो उस बाद जो भी बच्चे क्लीयर करते हैं वह फिजिकल एफिशेंसी टैसट वास्ते बुलाए जाएंगे। पेपर का सिलेबस तुहाडे सामने यह रहेगा, जनरल इंग्लिश होगी 25 नंबर की, तो इस अलावा जनरल इंटैलीजेंस तो रीजनिंग होगी 25 नंबर की, न्यूमेरिकल एप्टीट्यूड तो जनरल अवेयरनैस। होर कोई ज़्यादा टफ सिलेबस नहीं है दोस्तों, ईजीली 3 महीने के अंदर अंदर यह सिलेबस कवर हो जाएगा। वैसे भी 3 महीने SSC वाले ये ਦਿੰਦੇ ਨੇ ਇਗਜ਼ਾਮ ਦੀ ਤਿਆਰੀ ਕਰਨ ਵਾਸਤੇ। ਇੱਕ ਗੱਲ ਹੋਰ, ਕਾਫੀ ਬੱਚੇ ਪੁੱਛ ਰਹੇ ਨੇ ਕਿ ਇਹ ਕਿਹੜੀ ਲੈਂਗੁਏਜ ਵਿੱਚ ਪੇਪਰ ਲੈਣਗੇ, ਤਾਂ ਹਿੰਦੀ ਅਤੇ ਇੰਗਲਿਸ਼ ਬਸ ਇਹ ਦੋ ਲੈਂਗੁਏਜ ਹੋਣਗੀਆਂ। ਹੁਣ ਤੁਸੀਂ ਜਿਸ ਵਿੱਚ ਕੰਫਰਟੇਬਲ ਉਸ ਵਿੱਚ ਤਿਆਰੀ ਕਰੋ, ਉਸ ਲੈਂਗੁਏਜ ਵਿੱਚ ਹੀ ਮੈਂ ਤੁਹਾਨੂੰ ਕਲਾਸ ਵੀ ਪ੍ਰੋਵਾਈਡ ਕਰਵਾ ਦਾਂਗਾ। ਇਸ ਤੋਂ ਇਲਾਵਾ ਇੱਕ ਗੱਲ ਹੋਰ, ਆਲ ਇੰਡੀਆ ਦੇ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ, ਨਾ ਕਿ ਸਿਰਫ ਪੰਜਾਬ ਬਸ ਇਹ ਪੋਸਟ ਹੈ। ਆਲ ਇੰਡੀਆ ਜਿਹੜੀ ਵੀ ਸਟੇਟ ਤੋਂ ਤੁਸੀਂ ਬਿਲੋਂਗ ਕਰਦੇ ਹੋ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ। ਕਿ ਨੀਚੇ ਇਹਨਾਂ ਨੇ ਸਿਲੇਬਸ ਦਾ ਟੋਪਿਕ ਵਾਈਜ਼ ਪੂਰੇ ਟੋਪਿਕਸ ਦਿੱਤੇ ਹੋਏ ਨੇ, ਜਿਵੇਂ ਕਿ ਇੰਗਲਿਸ਼ ਵਿੱਚ ਕਿਹੜੇ ਕਿਹੜੇ ਟੋਪਿਕਾਂ ਵਿੱਚੋਂ ਕੁਐਸਚਨ ਬਣਨਗੇ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ, ਵੋਕੈਬਲਰੀ, ਗ੍ਰਾਮਰ, ਸੈਂਟੈਂਸ ਸਟਰਕਚਰ, ਸਿਨੋਨੀਅਮ, ਸੈਂਟੋਨੀਅਮਸ, ਇਸ ਰਿਲੇਟਡ ਕੁਐਸਚਨ ਬਣਨਗੇ। ਅਤੇ ਇਸ ਤੋਂ ਇਲਾਵਾ ਜਨਰਲ ਇੰਟੈਲੀਜੈਂਸ ਅਤੇ ਰੀਜਨਿੰਗ ਦੇ ਵੀ ਇੱਥੇ ਪੂਰੇ ਟੋਪਿਕਸ ਇਹਨਾਂ ਨੇ ਮੈਂਸ਼ਨ ਕੀਤੇ ਨੇ। ਜਸਟ ਤੁਸੀਂ ਇਹੀ ਪੜ੍ਹਨੇ ਨੇ, ਇਹੀ ਟੋਪਿਕ ਪੜ੍ਹਨੇ ਨੇ, ਇਹਨਾਂ ਵਿੱਚੋਂ ਹੀ ਇਗਜ਼ਾਮ ਆਵੇਗਾ। ਸਾਰੇ ਜਿਹੜੇ ਵੀ ਨਿਊਮੈਰੀਕਲ ਐਪਟੀਟਿਊਡ, ਜਨਰਲ ਅਵੇਅਰਨੈਸ, ਸਾਰਿਆਂ ਦੇ ਟੋਪਿਕਸ ਇੱਥੇ ਇਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ। ਫਿਜ਼ੀਕਲ ਐਫੀਸ਼ੀਐਂਸੀ ਟੈਸਟ ਦੀ ਗੱਲ ਕਰੀਏ, ਸਿਰਫ ਵਾਕਿੰਗ ਹੋਵੇਗੀ, ਮਤਲਬ ਕਿ ਚੱਲਣਾ ਹੋਵੇਗਾ, 1600 ਮੀਟਰ ਚੱਲਣਾ ਹੋਵੇਗਾ 15 ਮਿੰਟ ਵਿੱਚ, ਅਤੇ ਸਾਈਕਲਿੰਗ ਹੋਵੇਗੀ 8 ਕਿਲੋਮੀਟਰ 30 ਮਿੰਟ ਵਿੱਚ ਕੱਢਣਾ, ਅਤੇ ਫੀਮੇਲ ਕੈਂਡੀਡੇਟ ਵਾਸਤੇ 1 ਕਿਲੋਮੀਟਰ 20 ਮਿੰਟ ਵਿੱਚ ਕੱਢਣੇ ਨੇ, ਮਤਲਬ ਚੱਲਣਾ ਹੈ, ਅਤੇ ਜਿਹੜੀ ਸਾਈਕਲਿੰਗ ਹੈ ਫੀਮੇਲਸ ਵਾਸਤੇ ਉਹ 3 ਕਿਲੋਮੀਟਰ 25 ਮਿੰਟਾਂ ਵਿੱਚ ਆਪਾਂ ਕੱਢਣੀ ਹੈ। ਤਾਂ ਦੋਸਤੋ, ਨਾ ਤਾਂ ਕੋਈ ਸਿਲੇਬਸ ਜ਼ਿਆਦਾ ਟਫ ਹੈ, ਨਾ ਹੀ ਇਸਦਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੈ। ਕਿਤੇ ਲਓ ਤਿਆਰੀ, ਪੋਸਟ ਨੂੰ ਜਲਦੀ ਤੋਂ ਜਲਦੀ ਅਪਲਾਈ ਕਰ ਦਿਓ। ਐਂਡ ਰਹੀ ਗੱਲ ਇਸਦੇ ਇਗਜ਼ਾਮ ਦੀ ਤਿਆਰੀ ਦੀ, ਉਹ ਤੁਹਾਨੂੰ ਮੈਂ ਕਲਾਸਿਸ ਵੀ ਪ੍ਰੋਵਾਈਡ ਕਰਵਾ ਦਾਂਗਾ। ਐਂਡ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਬੈਸਟ ਬੁੱਕ ਦਾ ਲਿੰਕ ਵੀ ਦੇ ਦਿੱਤਾ, ਉਹ ਬੁੱਕ ਬਾਏ ਕਰ ਲਓ, ਸਾਰਾ ਸਿਲੇਬਸ ਉਸ ਵਿੱਚੋਂ ਕਵਰ ਹੋ ਜਾਵੇਗਾ। ਅਤੇ ਇੱਕ ਸਭ ਤੋਂ ਜ਼ਰੂਰੀ ਚੀਜ਼, ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਐਂਡ ਜੇ ਸਾਡਾ ਵਟਸਐਪ ਗਰੁੱਪ ਅਤੇ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵਟਸਐਪ ਗਰੁੱਪ ਅਤੇ ਟੈਲੀਗ੍ਰਾਮ ਦਾ ਲਿੰਕ ਵੀ ਆ, ਉਹ ਜਾ ਕੇ ਵੀ ਜੁਆਇਨ ਜ਼ਰੂਰ ਕਰ ਲਓ।